ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਅਸਲਾਮ ਅਲੈਕੁਮ ਵੀਵਰਸ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ। ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਅਸੀਂ ਵੀ ਠੀਕ ਹਾਂ। ਲਾਈਵ ਵਿਦ ਮਰੀਮ 'ਚ ਵੈਲਕਮ ਤੁਹਾਡਾ। ਅਤੇ ਦੁਆ ਹੈ ਕਿ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਸਿਹਤ ਤੰਦਰੁਸਤੀ ਅਤੇ ਫਰਮਾਏ ਤਮਾਮ ਬਿਮਾਰੀਆਂ ਤੋਂ ਮਹਿਫੂਜ਼ ਰੱਖੇ। ਆਮੀਨ ਸੁਮਾ ਆਮੀਨ। ਹਾਂਜੀ ਜੀ, ਤੋ ਮਾਸ਼ਾਅੱਲਾ ਅੱਜ ਆਏ ਹਾਂ ਅਸੀਂ ਖੇਤਾਂ ਦੇ ਵਿੱਚ। ਇੱਧਰ ਖਾਲੇ ਤੋਂ ਮਾਸ਼ਾਅੱਲਾ ਲੱਗੇ ਹੋਏ ਆ ਅੰਬਾਂ ਦੇ ਦਰਖਤ, ਦੋ ਤਿੰਨ ਲੱਗਿਆ, ਲੇਕਿਨ ਅਸੀਂ ਆਰਾਮ ਨਾਲ ਨੀਚੇ ਲੰਮੇ ਪਏ ਹਾਂ ਕਿਉਂਕਿ ਅਸੀਂ ਆਏ ਹਾਂ ਨਰਮਾ ਲਾਉਣ ਵਾਸਤੇ। ਔਰ ਮਾਸ਼ਾਅੱਲਾ ਨਹਿਰੀ ਪਾਣੀ ਜੋ ਹੈ ਹਲੇ ਆਇਆ ਨੀਗਾ, ਤੋ ਟਾਈਮ ਨਹੀਂ ਹੋਇਆ, ਬਾਈ ਗਏ ਆ ਪਾਣੀ ਲੈਣ। ਤੋ ਜਦੋਂ ਪਾਣੀ ਆ ਜਾਂਦਾ ਆ ਤੋ ਨਰਮਾ ਲਾਉਣਾ ਸਟਾਰਟ ਕਰ ਦਾਂਗੇ। ਉਨੀ ਦੇਰ ਨੀਂਦ ਪੂਰੀ ਕਰਨੀ ਕਿੰਨੀ ਕੁ? ਦੋ ਘੰਟੇ ਅਸੀਂ ਸੋਵਾਂਗੇ, 2 ਘੰਟੇ ਨਹੀਂ, ਮੇਰਾ ਖਿਆਲ ਹੈ 20 ਮਿੰਟ ਰਹਿ ਗਏ ਪਾਣੀ ਆਉਣ 'ਚ। ਤੋ ਨਰਮਾ ਲਾਉਣਾ ਸਟਾਰਟ ਕਰਾਂਗੇ ਅਤੇ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਲਾਉਂਦੇ ਹਾਂ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ। ਹਾਂਜੀ ਜੀ, ਤੋਂ ਮਾਸ਼ਾਅੱਲਾ ਪਾਣੀ ਨਹਿਰੀ ਆ ਗਿਆ ਸੀ ਔਰ ਦੋਵਾਂ ਕਿੱਲਿਆਂ ਦੀ ਬਿਜਾਈ ਪਿੱਛੇ ਕਰ ਦਿੱਤੀ ਅਸੀਂ। ਔਰ ਮਾਸ਼ਾਅੱਲਾ ਇੱਧਰ ਵਿਘਾ ਰਹਿ ਗਿਆ ਇੱਕ, ਤੋਂ ਇਹਦੀ ਬਿਜਾਈ ਹੁਣ ਕਰਨੀ ਸਟਾਰਟ ਕਰ ਲਈ ਆ, ਨਾਲ ਟੂਏ ਚਲਾਇਆ ਕਿਉਂਕਿ ਪਾਣੀ ਨਹਿਰੀ ਪਾਣੀ ਬਹੁਤ ਜ਼ਿਆਦਾ ਕੰਮ ਸੀਗਾ। ਹਾਂਜੀ ਜੀ, ਤੋਂ ਮਾਸ਼ਾਅੱਲਾ ਗੰਦਮ ਦੀ ਕਟਾਈ ਹੋ ਚੁੱਕੀ ਆ ਔਰ ਨਰਮੇ ਦੀ ਬਿਜਾਈ ਜੋ ਹੈ ਉਹ ਸਟਾਰਟ ਹੋ ਗਈ ਆ। ਇਹ ਕਰ ਰਹੇ ਹਾਂ ਅਸੀਂ ਕਪਾਸ ਦੀ ਕਾਸ਼ਤ। ਕਿੱਧਰ ਨੇ ਲੱਗੀ ਸਾਰੀ?
ਕਿ ਤੁਸੀਂ ਪਾਉਣੀ ਆ ਮੈਂ ਪਾਉਣੀ ਮੈਂ ਤਾਂ ਪਾ ਕੇ ਬੈਠੀ ਹਾਂ ਚਲੋ 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 ਬੈਠੋ ਨਾ ਚਾਹਵਾਂ ਚੱਕੋ ਛਾਪਰ ਲੈ ਪਾਣੀ ਉੱਥੇ ਆ ਛਾਪਰ ਦੇ